بسم الله الرحمن الرحيم شروع اللہ کے نام سے جو بڑا مہربان نہایت رحم والا ہے۔ ابھی بلا تاخیر میں شیخ محترم جناب قاری قرآن قاری محمد آصف متولی صاحب کو تقریر کے لیے دعوت دیتا ہوں کہ وہ آپ کے سامنے قرآن کی روشنی میں آپ کی دلوں کو منور فرمائے۔ قاری محمد آصف متولی صاحب۔ الحمدللہ حمدا کثیرا طیبا مبارکا فی اللہ صل على محمد وعلى آل محمد كما صليت على إبراهيم وعلى آل إبراهيم إنك حميد مجيد اللهم بارك على محمد وعلى آل محمد كما باركت على إبراهيم وعلى آل إبراهيم إنك حميد مجيد ربي زدني علما ربي زدني عملا ربي زدني فهما أما بعد فأعوذ بالله السميع العليم من الشيطان الرجيم من همزه ونفخه ونفسه بسم الله الرحمن الرحيم والذين يمسكون بالكتاب وأقاموا الصلاة إنا لا نضيع أجر المصلحين او یاری سچے دلوں رب نہ لے لا باقی غیران دا خیال چھڑ دے او یاری سچے دلوں رب نہ لے لا باقی غیران دا خیال چھڑ دے او یار اپنا بنا لے تو الہ او یار اپنا بنا لے تو الہ باقی غیران دا خیال چھڑ دے یاراں وچوں یاری سونے رب دی چنگی اے معاف کر دیندا جیڑا ہر چنگی مندی اے ڈیرا اودے در اتے لے توں لا باقی غیراں دا خیال چھڈ دے او یار اپنا بنا لے توں الہ باقی غیراں دا خیال چھڈ دے۔ آ جڑے میرے بھائی گفتگو کر رہے نا او مسجد دی ادب نو بھی سامنے رکھن۔ دو بندے مسجد نبوی اندر آئے، امیر المومنین عمر بن خطاب رضی اللہ تعالیٰ عنہ نے ویکھیا کہ شور کردے پے۔ آپ نے پوچھا بھائی تسی کتھوں آئے ہو؟ کہن لگے جی اسی طائف چوں آئے ہاں، طائف دے رہن والے ہاں۔ فرمایا اگر تسی طائف دے رہن والے نہ ہوندے تے تہانوں کوڑے لگنے سی۔ آ کئی نوجوان پائی ہستے پے نے میرے نا، اے ذرا سنجیدہ ہو جاؤ، اے اللہ دا کار ہے، اے دے احترام نو بھی سامنے رکھو۔ اللہ تعالی نے دو جماعتاں دا ذکر فرمایا ہے،
ਇੰਜ ਕਹਿ ਲਓ ਕਿ ਦੋ ਤਰ੍ਹਾਂ ਦੇ ਲੋਕਾਂ ਦਾ ਅੱਲਾਹ ਨੇ ਜ਼ਿਕਰ ਫਰਮਾਇਆ। ਕੁਛ ਉਹ ਲੋਕ ਨੇ ਜਿਹੜੇ ਨੇਕੀਆਂ ਕਰਦੇ ਨੇ ਔਰ ਸਾਰੀ ਜ਼ਿੰਦਗੀ ਨੇਕੀਆਂ ਕਰਦੇ ਰਹਿੰਦੇ, ਉਹਨਾਂ ਦੀਆਂ ਨੇਕੀਆਂ ਕਰਨ ਦੀ ਵਜ੍ਹਾ ਤੋਂ ਉਹਨਾਂ ਨੂੰ ਸ਼ਾਬਾਸ਼ ਨਹੀਂ ਮਿਲਦੀ, ਅਜਰ ਨਹੀਂ ਮਿਲਦਾ। ਅੱਲਾਹ ਰੱਬੁਲ ਇੱਜ਼ਤ ਉਹਨਾਂ ਦੀਆਂ ਨੇਕੀਆਂ ਨੂੰ ਬਰਬਾਦ ਕਰ ਦਿੰਦੇ, ਉਹਨਾਂ ਦੇ ਆਮਾਲ ਨੂੰ ਜ਼ਾਇਆ ਕਰ ਦਿੰਦੇ ਨੇ। ਵਕਦਿਮਨਾ ਇਲਾ ਮਾ ਅਮਲੂ ਮਿਨ ਅਮਲਿਨ ਫਜਅਲਲਾਹੁ ਹਬਾ ਮਨਸੂਰਾ। ਕੁਛ ਲੋਕ ਐਸੇ ਆਣਗੇ ਕਿਆਮਤ ਵਾਲੇ ਦਿਨ ਜਿਨ੍ਹਾਂ ਦੀਆਂ ਨੇਕੀਆਂ ਨੂੰ ਰੱਬੁਲ ਆਲਮੀਨ ਰੇਤ ਦੇ ਜ਼ਰੇ ਬਣਾ ਕੇ ਉਡਾ ਦੇਗਾ। ਔਰ ਹਦੀਸ ਵੀ ਸੁਣੋ, ਇਨਾ ਉਨਾਸਨ ਮਿਨ ਉਮਤੀ ਯਤੂਨ ਯੌਮ ਅਲ-ਕਿਆਮਾ ਬਿਅਅਮਾਲਿਕਾ ਅਮਸਾਲਿ ਜਿਬਾਲਿ ਤਿਹਾਮਾ। ਕੁਛ ਲੋਕ ਇਤਨੀਆਂ ਨੇਕੀਆਂ ਲੈ ਕੇ ਆਣਗੇ, ਉਹਨਾਂ ਲੋਕਾਂ ਦੀਆਂ ਨੇਕੀਆਂ ਦੀ ਜਸਾਮਤ ਪਹਾੜਾਂ ਦੀ ਮਦਦ ਹੋਈ। ਜਿਸ ਤਰ੍ਹਾਂ ਪਹਾੜ ਨੇ, ਤੁਸੀਂ ਮਰੀ ਦੇ ਇਲਾਕੇ ਅੰਦਰ ਚਲੇ ਜਾਓ, ਐਬਟਾਬਾਦ ਦੇ ਇਲਾਕੇ ਅੰਦਰ ਚਲੇ ਜਾਓ, ਬੜੇ ਬੜੇ ਪਹਾੜ ਇੱਕ ਤੋਂ ਦੂਸਰਾ ਬੜਾ ਨਜ਼ਰ ਆਉਂਦਾ, ਉਹਨਾਂ ਦੇ ਨੇਕੀਆਂ ਦੀ ਜਸਾਮਤ ਇੱਚ ਨਹੀਂ ਬੜੀ ਹੋਏਗੀ। ਅੱਲਾਹ ਰੱਬੁਲ ਇੱਜ਼ਤ ਉਹਨਾਂ ਦੀਆਂ ਨੇਕੀਆਂ ਨੂੰ ਜ਼ਾਇਆ ਕਰ ਦੇਗਾ, ਬਰਬਾਦ ਕਰ ਦੇਗਾ। ਦੂਸਰੇ ਉਹ ਲੋਕ ਜਿਨ੍ਹਾਂ ਦੀਆਂ ਨੇਕੀਆਂ ਦੀ ਅੱਲਾਹ ਹਿਫਾਜ਼ਤ ਕਰਦਾ, ਅੱਲਾਹ ਅਜਰ ਅਤਾ ਕਰਦਾ, ਬਲਕਿ ਅੱਲਾਹ ਤਰਬੀਅਤ ਕਰਦਾ। ਕੁਛ ਨੇਕੀਆਂ ਨੂੰ ਅੱਲਾਹ ਬੜਾ ਦਿੰਦਾ, ਹੱਤਾ ਤਕੂਨਾ ਮਿਸਲਾ ਉਹਦ, ਉਹਦ ਪਹਾੜ ਦੀ ਮਾਨਿਦ ਉਹਨਾਂ ਨੂੰ ਅਜਰ ਅਤਾ ਕਰਦਾ। ਅੱਲਾਹ ਰੱਬੁਲ ਇੱਜ਼ਤ ਉਹਨਾਂ ਦੀਆਂ ਨੇਕੀਆਂ ਨੂੰ ਕਬੂਲ ਵੀ ਕਰਦਾ, ਮਹਿਫੂਜ਼ ਵੀ ਕਰਦਾ ਔਰ ਬੜਾਉਂਦਾ ਵੀ ਹੈ। ਬੰਦਾ ਨੇਕੀ ਇੱਕ ਕਰਦਾ, ਇੱਕ ਦੀਆਂ ਅੱਲਾਹ ਦਸ ਬਣਾ ਦਿੰਦਾ, ਦਸ ਦੀਆਂ 700 ਬਣਾ ਦਿੰਦਾ, ਫਿਰ 700 ਤੋਂ ਵੀ ਬਣਾ ਦਿੰਦਾ। ਔਰ ਕਈਆਂ ਨੇਕੀਆਂ ਨੂੰ ਅਰਸ਼ ਵਾਲਾ ਰਹਿਮਾਨ ਪਾਲਦਾ, ਬੜਾ ਕਰਦਾ। ਇਹ ਕਿਹੜੇ ਲੋਕ ਨੇ ਜਿਨ੍ਹਾਂ ਦੀਆਂ ਨੇਕੀਆਂ ਮਹਿਫੂਜ਼ ਵੀ ਨੇ, ਮਕਬੂਲ ਵੀ ਨੇ, ਔਰ ਅੱਲਾਹ ਇਹਨਾਂ ਲੋਕਾਂ ਦੀਆਂ ਨੇਕੀਆਂ ਦੀ ਹਿਫਾਜ਼ਤ ਵੀ ਕਰਦਾ। ਜਿਨ੍ਹਾਂ ਲੋਕਾਂ ਅੰਦਰ ਦੋ ਖੂਬੀਆਂ ਮੌਜੂਦ ਨੇ, ਬੋਲੋ ਕਿੰਨੀਆਂ ਖੂਬੀਆਂ ਮੌਜੂਦ ਨੇ? ਦੋ ਕੁਆਲਿਟੀਆਂ ਮੌਜੂਦ ਨੇ। ਕੁਰਾਨ ਪੜ੍ਹੀਏ, ਤੁਸੀਂ ਸੰਜੀਦਾ ਹੋ ਗਏ ਹੋ, ਉਹ ਬੋਲੋ ਅਗਰ ਤੁਸੀਂ ਸੰਜੀਦਾ ਤੋਂ ਕੁਰਾਨ ਸੁਣੋ ਫਿਰ। ਅਲਲਜ਼ੀਨ ਯਮਸਿਕੂਨ ਬਿਲ ਕਿਤਾਬ ਵ ਅਕਾਮੁਸ ਸਲਾ ਇੰਨਾ ਲਾ ਨੁਜ਼ੀਉ ਅਜਰੁਲ ਮੁਸਲਿਹੀਨ। ਉਹ ਲੋਕ ਜਿਨ੍ਹਾਂ ਲੋਕਾਂ ਦੀਆਂ ਨੇਕੀਆਂ ਨੂੰ ਅੱਲਾਹ ਕਬੂਲ ਵੀ ਕਰਦਾ, ਜਿਨ੍ਹਾਂ ਲੋਕਾਂ ਦੀਆਂ ਨੇਕੀਆਂ ਮਕਬੂਲ ਵੀ ਨੇ, ਮਹਿਫੂਜ਼ ਵੀ ਨੇ, ਜਿਨ੍ਹਾਂ ਲੋਕਾਂ ਦੀਆਂ ਨੇਕੀਆਂ ਦੀਆਂ ਅੱਲਾਹ ਹਿਫਾਜ਼ਤਾਂ ਵੀ ਕਰਦਾ, ਜਿਨ੍ਹਾਂ ਲੋਕਾਂ ਦੀਆਂ ਨੇਕੀਆਂ ਅੱਲਾਹ ਬੜਾ ਵੀ ਦਿੰਦਾ ਹੈ, ਅੱਲਾਹ ਚੜ੍ਹਾ ਵੀ ਦਿੰਦਾ ਹੈ। ਮੁਸਲਮਾਨੋ, ਉਹ ਕਿਹੜੇ ਲੋਕ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਮਹਿਵਰ, ਜਿਨ੍ਹਾਂ ਨੇ ਆਪਣੇ ਅਕੀਦੇ ਦਾ ਮਹਿਵਰ ਕੁਰਾਨ ਨੂੰ ਬਣਾ ਲਿਆ,
حدیث نو بنا لے سوال کر دینے قرآن و حدیث نو سامنے رکھ کے جواب لین دینے کتاب و سنت دے نال مسلمانوں اے فطرت سلیمہ نو اپنا لے قرآن و سنت نو اپنا اسوہ بنا لے اپنی کسوٹی بنا لے اے قرآن و سنت نو سامنے رکھ دینے انہوں نو کسے اور چیزے کوئی پرواہ نہیں اے کسے اور چیزے پرواہ نہیں کر دے کسے اور دی بات دی پرواہ نہیں کر دے جدو قرآن و سنت آ جاندہ ہے نہ اپنے باپ دے سن دینے نہ اپنے دادا دے سن دینے نہ اپنے باو اجداد دے سن دینے بلکہ قرآن و سنت نو اپنان والے بن جاندے نے والذین یمسکون بالکتاب بہت گھٹ ایسے لوگ نے جڑے قرآن و سنت نو اپنا دے نے جڑے قرآن و سنت دے مطابق زندگی بسر کر دے نے مسلمانوں کسے نے اپنے باو اجداد دے طریقے نو اپنایا ہویا ہے نانی والی نماز دادی والی نماز دادے والی نماز نہ قرآن والی نماز نہ میرے مصطفیٰ صلی اللہ علیہ وسلم والی نماز اس واسطے بہت کم لوگ ایسے نے والذین یمسکون بالکتاب جنہاں نے اپنی زندگی دا محور اپنے عمل دا محور اپنے عقیدے دا محور قرآن و سنت نو بنایا اگر رب العالمین نے کیوں سرا اصول بیان کر دیتا وآقام الصلاة او لوگ نمازاں نو قائم کرن والے نمازاں دی حفاظت کرن والے نمازاں تے ہمیشگی کرن والے نمازاں نو خشوع اور خضوع نال ادا کرنے والے مسلمانوں میرے آقا علیہ الصلوۃ والسلام کے فرمان دے نے من صلی اللہ فی جماعت من صلی اللہ اربعین فی جماعت جڑا بندہ چالیس دن تکبیر اولا دے نال نماز پڑھ لیندا ہے جماعت دے نال نماز پڑھدا ہے میرے آقا علیہ الصلوۃ والسلام فرماندے نے اور رب العالمین انہوں براتان عطا کردے نے مسلمانوں براتان کیے اللہ اکبر کبیرہ رب العالمین انہوں نفاق تو بری کردے نے دنیا اندر زندگی گزار رہا ہے منافق نہیں ہے جدو دنیا تو جائے گا رب العالمین جہنم تے انہوں حرام کر دے گا لیکن المیہ مصیبت دے وے بیماری اے وے اسی نماز پڑھ دے ہی نہیں ساڑھے کران دے کر بے نماز خاندانہ دے خاندان بے نماز بیٹا نماز پڑھ دے تے بیٹی پڑھ دے کوئی نہیں باپ نماز پڑھ دے تے بیوی نماز پہ مام نماز پڑھ دے کوئی نہیں باپ پڑھ رہے ہیں باقی کنبہ پڑھ ہی نہیں رہا باقی کروالے نماز ادا کر دے ہی نہیں پہ یا پین پڑھ دیا تے باقی کروالے نہیں پڑھ دے پائی پڑھ دا تے باقی نہیں پڑھ دے ماں پڑھ دیا تے خامد بھی نہیں ماں پڑھ دیا تے باقی کروالے نہیں پڑھ دے اس واسطے ایک بندہ ہی نمازی ہے کئی کر ایسے کوئی بھی نمازی نہیں او کئی بندے ایسی بھی زندگی گزار دے او مسجد اندر او دو ہی آن دے مسجد اندر او دو ہی تشریف لے آن دے جدو نا دا جنازہ مسجد اندر لے آن دا جان دائی اس تو پہلے کدھے مسجد جانا نصیب نہیں ہویا اللہ اکبر کبیرہ کئی عورتیں ایسیاں جڑا اپنا چہرہ اودوں چھپان دیاں جدو میت دا جدو کفن دیتا جاندا کفنیوں نہ دے چہرے نو ٹانپ دا کفنیوں نہ دا چہرہ چھپان دا کئی مرد ایسے کئی مرد ایسے کئی عورتیں بھی ایسیاں جڑیاں مسجد اندر صرف اودوں ہی آدیاں نے اودوں ہی انہاں نو مسجد اندر لے آندا جاندا خود نہیں آیا اے خود نہیں آئی نو تے اٹھا کے لے آندا گیا اے ادا تے جنازہ پڑھن واسطے مسجد اندر لے آندا گیا اے میرے آقا علیہ الصلوۃ والسلام کی فرمان دے بین الرجل و بین الشرک والکفر ترک الصلاۃ بندے مسلمانوں بندے دے درمیان اور مشرک دے درمیان بندے اور مومن دے درمیان مشرک دے درمیان کافر اور مشرک دے درمیان فرق کرن والی جڑی چیز ہے او نماز ہے میرے آقا علیہ الصلوۃ والسلام دا دوسرا فرمان کیے نبیاں دے سردار علیہ الصلوۃ والسلام نے کی فرمایا من ترک متعمدا فقد کفر او لوگو جن نے نماز جان بوجھ کے ایک بھی نماز چھوڑ دیتی جن نے جان بوجھ کے نماز نو ترک کر دیتا آندا ہے نماز ہے ہی نہیں ہے نماز سے او پڑھ دینے جڑے غریب نے جنہاں نو رزق دی کمی ہے
ਜਿਨ੍ਹਾਂ ਨੂੰ ਮਾਲ ਚਾਹੀਦਾ ਦੌਲਤਾਂ ਚਾਹੀਦੀਆਂ ਨੇ ਜਿਹੜੇ ਮੁਸੀਬਤਾਂ ਦੇ ਮਾਰੇ ਹੋਏ ਨਮਾਜ਼ਾਂ ਤੇ ਉਹਨਾਂ ਦੇ ਫਰਜ਼ ਨੇ ਇਹ ਪੜ੍ਹਦਾ ਹੀ ਕੋਈ ਨਹੀਂ ਅੱਲਾਹ ਅਕਬਰ ਕਬੀਰਾ ਮੇਰੇ ਆਕਾ ਅਲੈਹਿ ਸਲਾਤੁ ਵਸਲਾਮ ਕੀ ਫਰਮਾਉਂਦੇ ਨੇ ਜਾਣ ਬੁੱਝ ਕੇ ਨਮਾਜ਼ ਛੋੜਨ ਵਾਲਾ ਕਾਫਰ ਹੋ ਜਾਂਦਾ ਹੈ ਦੂਸਰੇ ਹਦੀਸ ਸੁਣਨਾ ਮੇਰੇ ਆਕਾ ਅਲੈਹਿ ਸਲਾਤੁ ਵਸਲਾਮ ਨੇ ਕੀ ਫਰਮਾਇਆ ਅੱਲਾਹ ਦੁਲਜ਼ੇ ਬੈਨਾ وبينهم الصلاة فمن تركها فقد كفر ਜਿਹੜਾ ਅੱਲਾ ਦੇ ਨਬੀ ਫਰਮਾਉਂਦੇ ਨੇ ਸਾਡੇ ਔਰ ਕਾਫਰਾਂ ਦੇ ਦਰਮਿਆਨ ਇੱਕ ਮੁਆਹਿਦਾ ਹੋਇਆ ਹੈ ਉਹ ਮੁਆਹਿਦਾ ਕੀ ਹੈ ਨਮਾਜ਼ ਦਾ ਮੁਆਹਿਦਾ ਹੈ ਜਿਹੜਾ ਨਮਾਜ਼ ਪੜ੍ਹਦਾ ਉਹ ਮੂਮਨ ਹੈ ਜਿਹੜਾ ਨਮਾਜ਼ ਪੜ੍ਹਦਾ ਉਹ ਮੁਸਲਮਾਨ ਹੈ ਜਿਹੜਾ ਨਮਾਜ਼ ਨਹੀਂ ਪੜ੍ਹਦਾ ਉਹ ਕਾਫਰ ਹੈ ਉਹ ਸੁਣਨਾ ਨਮਾਜ਼ ਨਾ ਪੜ੍ਹਨ ਵਾਲੇ ਦਾ ਜਨਾਜ਼ਾ ਵੀ ਨਹੀਂ ਪੜਿਆ ਜਾਏਗਾ ਉਹਨੂੰ ਮੁਸਲਮਾਨਾਂ ਦੇ ਕਬਰਸਤਾਨ ਅੰਦਰ ਦਫਨ ਵੀ ਨਹੀਂ ਕੀਤਾ ਜਾਏਗਾ ਉਹਦੇ ਵਾਸਤੇ ਬਖਸ਼ਿਸ਼ ਦੀ ਦੁਆ ਵੀ ਨਹੀਂ ਕੀਤੀ ਜਾਏਗੀ ਅੱਲਾਹੁ ਅਕਬਰ ਕਬੀਰਾ ਕਈ ਨਮਾਜ਼ ਤੇ ਪੜ੍ਹਦੇ ਨੇ ਲੇਕਿਨ ਕਾਰੇ ਪੜ੍ਹਦੇ ਨੇ ਉਹ ਸੁਣ ਲੈ ਤੂੰ ਕਰ ਨਮਾਜ਼ ਪੜ੍ਹਨੇ ਸੂਰਤਾਂ ਲੰਬੀਆਂ ਤਿਲਾਵਤ ਕਰੇ ਲੰਬਾ ਕਿਆਮ ਕਰੇ ਲੰਬਾ ਰਕੂ ਕਰੇ ਕਾਇਨਾਤ ਦਾ ਰੱਬ ਤੇਰੀ ਨਮਾਜ਼ ਨੂੰ ਕਬੂਲ ਨਹੀਂ ਫਰਮਾਏਗਾ ਕੀ ਆਂਦਾ ਜੀ ਕੀ ਹੋ ਗਿਆ ਮੈਂ ਦਫ਼ਤਰ ਚੋਂ ਆਇਆ ਵਾਂ ਲੇਟ ਹੋ ਗਿਆ ਵਾਂ ਨਾ ਮਜਬੂਰੇ ਕਾਰੇ ਪੜ੍ਹਨੇ ਪੈ ਜਾਂਦੇ ਹਾਂ ਹਦੀਸ ਦਾ ਮੈਨੂੰ ਵੀ ਪਤਾ ਮੇਰੇ ਆਕਾ ਅਲੈਹਿ ਸਲਾਤੁ ਵਸਲਾਮ ਨੇ ਫਰਮਾਇਆ ਮੁਸਲਮਾਨੋ ਬੰਦੇ ਦੀ ਅਫਜ਼ਲ ਨਮਾਜ਼ ਇਨ ਅਫਜ਼ਲ ਸਲਾਤ ਅਲ-ਮਰਅ ਫੀ ਬੈਤਿਹਿ ਇਲਾ ਸਲਾਤ ਅਲ-ਮਕਤੂਬਾ ਅਗਰ ਨਫਲੀ ਨਮਾਜ਼ ਘਰ ਅਦਾ ਕਰੇਗਾ ਅੱਲਾ ਜ਼ਿਆਦਾ ਅਜਰ ਅਦਾ ਕਰੇਗਾ ਮਸਜਿਦ ਨਬਵੀ ਅੰਦਰ ਵੀ ਨਫਲੀ ਨਮਾਜ਼ ਪੜ੍ਹੇਗਾ ਮਸਜਿਦ ਨਬਵੀ ਅੰਦਰ ਵੀ ਨਫਲੀ ਨਮਾਜ਼ ਪੜ੍ਹਨ ਦੇ ਨਾਲੋਂ ਜ਼ਿਆਦਾ ਸਵਾਬ ਤੂੰ ਘਰ ਨਮਾਜ਼ ਨਫਲੀ ਪੜ੍ਹੇਗਾ ਤੇ ਅੱਲਾ ਅਜਰ ਅਦਾ ਫਰਮਾਏਗਾ ਲੇਕਿਨ ਫਰਜ਼ੀ ਨਮਾਜ਼ ਕਿੱਥੇ ਪੜ੍ਹਨੀ ਹੈ ਮੇਰੇ ਆਕਾ ਅਲੈਹਿ ਸਲਾਤੁ ਵਸਲਾਮ ਫਰਮਾਉਂਦੇ ਨੇ ਫਰਜ਼ੀ ਨਮਾਜ਼ ਮਸਜਿਦ ਅੰਦਰ ਹੀ ਆ ਕੇ ਪੜ੍ਹਨੀ ਹੈ ਮਰਜ਼ਾ ਤੇ ਫਰਜ਼ੀ ਨਮਾਜ਼ ਮਸਜਿਦ ਅੰਦਰ ਹੀ ਫਰਜ਼ ਹੈ ਨਾ ਇਸ ਵਾਸਤੇ ਮੁਸਲਮਾਨੋ ਨਬੀਨਾ ਸੇ ਆ ਵੀ ਆਈ ਛੇ ਉਜ਼ਰ ਆ ਕੇ ਪੇਸ਼ ਕੀਤੇ ਕਾਇਨਾਤ ਦੇ ਇਮਾਮ ਅਲੈਹਿ ਸਲਾਤੁ ਵਸਲਾਮ ਨੂੰ ਛੇ ਉਜ਼ਰ ਬਿਆਨ ਕਰਦੇ ਨੇ ਕੀ ਆਂਦੇ ਨੇ ਯਾ ਰਸੂਲ ਅੱਲਾਹ ਸੱਲੱਲਾਹੁ ਅਲੈਹਿ ਵਸੱਲਮ ਜੀ ਮੈਂ ਨਬੀਨਾ ਆਦਮੀ ਆ ਮੇਰੀ ਅੱਖਾਂ ਦੇ ਬਿਨਾਂ ਇਹ ਕੋਈ ਨਹੀਂ ਦੂਸਰਾ ਉਜ਼ਰ ਕੀ ਬਿਆਨ ਕੀਤਾ ਯਾ ਰਸੂਲ ਅੱਲਾਹ ਸੱਲੱਲਾਹੁ ਅਲੈਹਿ ਵਸੱਲਮ ਜੀ ਮੇਰਾ ਘਰ ਬੜਾ ਦੂਰ ਹੈ ਤੀਸਰਾ ਉਜ਼ਰ ਕੀ ਬਿਆਨ ਕੀਤਾ ਯਾ ਰਸੂਲ ਅੱਲਾਹ ਸੱਲੱਲਾਹੁ ਅਲੈਹਿ ਵਸੱਲਮ ਜੀ ਮੈਨੂੰ ਲਿਆਉਣ ਵਾਲਾ ਵੀ ਕੋਈ ਨਹੀਂ ਕਾਇਨਾਤ ਦੇ ਇਮਾਮ ਨੇ ਪੁੱਛਿਆ ਐ ਮੇਰੇ ਪਿਆਰੇ ਜਾਨ ਇਸਾਰ ਐ ਮੇਰੇ ਪਿਆਰੇ ਸਿਆਬੀਏ ਤੇ ਦੱਸਣਾ ਹਲ ਤਸਮਾਉਂ ਨਿਦਾ ਹਈਆਂ ਲਸਲਾ ਦੀ ਆਵਾਜ਼ ਆਉਂਦੀ ਏ ਹਈਆਂ ਲਲ ਫਲਾ ਦੀ ਆਵਾਜ਼ ਆਉਂਦੀ ਏ ਝੂਠ ਬੋਲਣਾ ਤੇ ਸਿਹਾਬਾਂ ਨੂੰ ਨਬੀਆਂ ਦੇ ਸਰਦਾਰ ਦੇ ਸਿਖਾਇਆ ਹੀ ਕੋਈ ਨਹੀਂ ਸੀ ਇੱਥੇ ਨਮਾਜ਼ ਦਾ ਕਹਿ ਦਈਏ ਕਹਿੰਦਾ ਕੱਪੜੇ ਠੀਕ ਨਹੀਂ ਹੈ ਪਾਕੀ ਪਲੇਤੇ ਦਾ ਮਸਲਾ ਹੈ ਅੱਲਾਹੁ ਅਕਬਰ ਕਬੀਰਾ ਨਬੀ ਦਾ ਸਿਹਾਬੇ ਸੇਨਾ ਇਹ ਨਬੀ ਦਾ ਜਾਨ ਇਸਾਰ ਸੀ ਨਾ ਸਿਹਾਬਾ ਦੇ ਕਾਇਨਾਤ ਦੇ ਇਮਾਮ ਅਲੈਹਿ ਸਲਾਤੁ ਵਸਲਾਮ ਤੋਂ ਤਨ ਮਨ ਧਨ ਸਭ ਕੁਝ ਕੁਰਬਾਨ ਕਰ ਦੇਣ ਵਾਲੇ ਸੀ ਝੂਠ ਕਿਉਂ ਬੋਲਦੇ ਕਹਿਣ ਲੱਗੇ ਹਾਂ ਯਾ ਰਸੂਲ ਅੱਲਾਹ ਸੱਲੱਲਾਹੁ ਅਲੈਹਿ ਵਸੱਲਮ ਜੀ ਮੈਂ ਅਜ਼ਾਨ ਦੇ ਆਵਾਜ਼ ਤੇ ਸੁਣਨਾ ਕਾਇਨਾਤ ਦੇ ਇਮਾਮ ਅਲੈਹਿ ਸਲਾਤੁ ਵਸਲਾਮ ਨੇ ਫਰਮਾਇਆ ਅਗਰ ਅਜ਼ਾਨ ਦੀ ਆਵਾਜ਼ ਸੁਣਨਾ ਹੈ ਤੇ ਨਮਾਜ਼ ਮਸਜਿਦ ਅੰਦਰ ਆ ਕੇ ਪੜ੍ਹਨੀ ਪੈ ਗਈ ਫਿਰ ਚੌਥਾ ਉਜ਼ਰ ਲੈ ਕੇ ਆਏ ਇਨਲ ਮਦੀਨਤ ਮਿਨਲ ਗਵਾਬ ਵਸਿਬਾ ਅੱਲਾ ਦੇ ਨਬੀ ਜੀ ਜਦੋਂ ਮੈਂ ਰਸਤੇ 'ਚ ਆਉਂਦਾ ਵਾਂ ਜ਼ਰੀਲੇ ਕੀੜੇ ਮਕੌੜੇ ਵੀ ਹੁੰਦੇ ਨੇ ਇਹ ਨਾ ਹੋਏ ਕੋਈ ਕੀੜਾ ਮਕੌੜਾ ਹੀ ਮੈਨੂੰ ਡੱਸ ਲਵੇ ਕੋਈ ਨੁਕਸਾਨ ਮੇਰਾ ਕਰ ਦੇਵੇ ਕਾਇਨਾਤ ਦੇ ਇਮਾਮ ਨੇ ਇੱਕ ਹੀ ਸਵਾਲ ਕੀਤਾ ਹਲ ਤਸਮਾਉਂ ਨਿਦਾ ਐ ਮੇਰੇ ਪਿਆਰੇ ਸਿਹਾਬੀ ਇਹ ਦੱਸਣਾ ਅਜ਼ਾਨ ਦੀ ਆਵਾਜ਼ ਸੁਣਨਾ ਹੈ ਸਿਹਾਬੀ ਕਹਿਣ ਲੱਗੇ ਹਾਂ ਯਾ ਰਸੂਲ ਅੱਲਾਹ ਸੱਲੱਲਾਹੁ ਅਲੈਹਿ ਵਸੱਲਮ ਜੀ ਮੈਂ ਅਜ਼ਾਨ ਦੀ ਆਵਾਜ਼ ਤੇ ਸੁਣਨਾ ਵਾਂ ਫਰਮਾਇਆ ਨਮਾਜ਼ ਮਸਜਿਦ ਅੰਦਰ ਆ ਕੇ ਪੜ੍ਹਨੀ ਪੈ ਗਈ ਉਹ ਮੁਸਲਮਾਨ ਨੂੰ ਸੱਤਵਾਂ ਉਜ਼ਰ ਪੇਸ਼ ਕਰ ਦਿੱਤਾ ਅੱਲਾਹੁ ਅਕਬਰ ਕਬੀਰਾ ਦਰਿੰਦੇ ਨੇ ਦਰਿੰਦੇ ਵੀ ਨੇ ਰਾਸਤੇ ਅੰਦਰ ਦਰਖਤ ਵੀ ਨੇ ਅੱਲਾ ਦੇ ਨਬੀ ਜੀ ਕਿਤੇ ਮੈਂ ਦਰਖਤ ਨਾਲ ਹੀ ਨਾ ਟਕਰਾ ਜਾਵਾਂ ਰਾਤ ਦੀ ਨਮਾਜ਼ ਪੜ੍ਹਨ ਵਾਸਤੇ ਆਵਾਂ ਇਸ਼ਾ ਦੀ ਨਮਾਜ਼ ਪੜ੍ਹਨ ਵਾਸਤੇ ਆਵਾਂ ਮਗਰਬ ਦੀ ਨਮਾਜ਼ ਪੜ੍ਹਨ ਵਾਸਤੇ ਆਵਾਂ ਫਜਰ ਦੀ ਨਮਾਜ਼ ਪੜ੍ਹਨ ਵਾਸਤੇ ਆਵਾਂ ਮੈਂ ਤਿੰਨ ਬਿਨਾਂ ਆਦਮੀਆਂ ਤੇ ਰਾਤ ਦਾ ਵੀ ਅੰਧੇਰਾ ਹੋਏਗਾ ਅੱਲਾ ਦੇ ਨਬੀ ਜੀ ਮੈਂ ਦਰਖਤ ਨਾਲ ਨਾ ਟਕਰਾ ਜਾਵਾਂ ਫਿਰ ਇੱਕ ਹੋਰ ਉਜ਼ਰ ਬਿਆਨ ਕੀਤਾ ਯਾ ਰਸੂਲ ਅੱਲਾਹ ਸੱਲੱਲਾਹੁ ਅਲੈਹਿ ਵਸੱਲਮ ਜੇ ਮੇਰੀਆਂ ਹੱਡੀਆਂ ਵੀ ਕਮਜ਼ੋਰ ਹੋ ਗਈਆਂ ਨੇ ਮੈਂ ਬੋੜਾ
آدمیاں میرے آقا علیہ الصلوۃ والسلام نے پھر پوچھیا ہل تسمعون نداء میرے پیارے صحابی دسنا اذان دی آواز سننا ہے یا نہیں سننا صحابی کہنے لگے ہاں یا رسول اللہ صلی اللہ علیہ وسلم جی میں اذان دی آواز سے سننا وا میرے آقا علیہ الصلوۃ والسلام نے فرمایا پھر نماز مسجد اندر آ کے پڑھنی پی گئی ہن تے جنگل بھی کوئی نہیں کیڑے مکوڑے بھی کوئی نہیں درخت بھی کوئی نہیں اے کڑیاں نوجوان اے بائی تئی سال دا نوجوان اے جوانی دا عروج اے تندرست توانا ہے مسلمانوں عذر بھی کوئی نہیں گا اللہ اکبر کبیرہ روڈ بنے ہوئے نے بلکہ گلیاں بھی پکیاں نے کئیاں نو اللہ نے گڈیاں بھی عطا فرمائیاں نے بڑیاں سہولیاں دے نال نوازیا اے پھر بھی مسجد اندر نماز پڑھن واسطے نہیں آندا او سوچیا کرنا فکر کریا کرنا بلا عذر نماز کر ہوندے نہیں گے اللہ قبول نہیں کردا اللہ اکبر کبیرہ اس واسطے چاہنا ہے اللہ میریاں نیکیاں برباد نہ کرے اللہ میرے عمل ضائع نہ کرے اللہ میری نیکیاں نو مقبول بے فرما لوے محفوظ بے کر لوے بڑھا بے دے وَأَقَامُ الصَّلَاةَ نماز اقامت کرنے والا بن جا نماز بن جا نہ پکا نماز بن جا او کائنات امام دی آخری وصیت یاد کر لیا کر اپنی ماں دی وصیت یاد رکھنا ہے اپنے باپ دی وصیت یاد رکھنا ہے اپنے پائے دی وصیت یاد رکھنا ہے اپنے خاندان دے وڈیرے دی وصیت یاد رکھنا ہے او کدے غم خار پیغمبر دی وصیت بھی یاد رکھیا کرنا کتنے غم خار پیغمبر سن میرے آقا علیہ الصلوۃ والسلام او کنڈے وچھاون ویری خس کے بلاوے سونا کافراں دیاں تیاں اُتے چادراں پواوے سونا او کریم المزاج کرے دلائیو تیرا آج کون ملے او دے نال سونا آمینہ دلال بڑا صاحب کمال کون ملے او دے نال بڑا پیارا جملہ فوز و فلا دیا فوز و فلا دیا سونا صد صد صدائیں دے وے پتھر زمانہ مارے سونا دعائیں دے وے او دشان بلے بلے او دے نال کون ملے کون رنے او دے نال سونا آمیدہ دلال بڑا صاحب کمال کون ملے او دے نال میرے پیغمبر دے وصیت او میرے پیغمبر دے آخری الفاظ الصلاة الصلاة وما ملکت ایمانکم او نماز نماز حکم صحابانوں سے لیکن صحابہ دے توسط دے نال سانو اڈرے نا مسلمانوں جدو کائنات دے امام علیہ الصلوۃ والسلام دا آخری وقت زینا آپ دیاں یاداں دا محور آپ دی یاداں دی ایک عجیب سمت زینا سنو نا میرے نبی نو کیڑے لوگ یاد آن لگ پئے جدو میرے نبی دا آخری وقت اے جدو میرے نبی دنیا تو رخصت ہون دے قریب نے میرے آقا علیہ الصلوۃ والسلام نو کیڑے لوگ یاد آ رہے نے سنو سنو مسلمان آقا علیہ الصلوۃ والسلام نے جا کے احد والیاں واسطے دعا کیتی پھر کائنات امام علیہ الصلوۃ والسلام نے ممبر منگوایا پھر نبی ممبر دے چڑھے آقا علیہ الصلوۃ والسلام نے خطبہ ارشاد فرمایا میرا دل کردا ہے میں اپنے بھائیاں نال ملاقات کراں صحابہ کہن لگے یا رسول اللہ صلی اللہ علیہ وسلم جی اسے تواڈے بھائی نہیں آ میرے آقا علیہ الصلوۃ والسلام نے فرمایا انتم اصحاب تسی تے میرے صحابہ ہو میرے بھائی او نے جڑے بعدوں آن گے اے اللہ انہاں بھائیاں اندر سانو بھی شامل فرما اوچی کہہ دیو آمین بڑی دعا کریاں جنہاں پائیاں دی یاد کائنات امام نو آ رہے سے عرشاں والے عرباں انہاں پائیاں دے زمرے اندر سانو بھی شامل فرما
اوچی آمین کہہ دیو اللہ سانو بے شامل فرما اللہ اکبر کبیرہ میرے آقا علیہ الصلوۃ والسلام فرمان دے پینے میرے او پائی نے جنہاں نے مینو ویکھیا نہیں ہوئے گا لیکن میرے تے ایمان لے کے آن گے پکے مومن ہون گے اس واسطے کائنات دے امام دے آخری بات نو یاد کر لے آخری وصیت نو یاد کر لے او لوگوں نماز او لوگوں نماز او لوگوں نماز سلمان فارسی رضی اللہ تعالیٰ نو فرما دے دے کی فرمایا کر دے سن الصلاۃ مکیال او لوگو نماز پیمانا ہے نا نماز پیمانا ہے جڑا بندہ نماز نو پورا حق دیندا ہے فمن اوفا اوفی اللہ جڑا نماز پورے حقوق ادا کر دے رب العالمین نو مکمل اجر عطا کر دیندا ہے اللہ اکبر کبیرہ مسلمانو علامہ ابن قیم رحمہ اللہ دا قول بھی سن لے او کی آندے نے جڑا بندہ دعویٰ کر دے میرا ایمان بڑا پکا ہے میرا ایمان بڑا پختہ ہے مینو اللہ دے نبی علیہ الصلوۃ والسلام نال بڑی محبت ہے مینو عرش والے رحمان نال بڑی محبت ہے وہ اپنی محبت شک کیویں کرے فلا یزین العبد ایمانہ و محبتہ للہ بمثل میزان الصلاۃ او اپنے ایمان نو چیک کرن واسطے اللہ نال اپنی محبت چیک کرن واسطے نماز نو پیمانہ بنا لوے نماز نو پیرامیٹر بنا لوے کیا نماز دی حفاظت ہے یا نہیں وقت دی حفاظت ہے یا نہیں جس طرح کائنات دے امام نے نماز ادا کیتی جنہ طریقیاں دے کائنات دے امام نے نماز پڑھی انہ طریقیاں دی حفاظت ہے یا نہیں اگر تو اس طرح ہی نماز پڑھنا ہے جس طرح کائنات دے امام نے نماز پڑھی تو وقت دے بے حفاظت کرنا ہے اس طریقے دے بے حفاظت کرنا ہے تو اپنے دعوے اندر سچا ہے تیرا ایمان بے مضبوط ہے تیرے دل اندر اللہ دی محبت بھی موجود ہے کائنات دے امام دے محبت بھی موجود ہے اللہ اکبر کبیرہ او مسلمانوں کائنات دے امام علیہ الصلوۃ والسلام نماز نہ کتنی محبت کر دے سن اگر تو اللہ دے نبی نال محبت کرنا ہے دعویٰ کرنا ہے کیا تو بھی اتنی محبت نماز نہ کرنا ہے جتنی محبت کائنات دے امام علیہ الصلوۃ والسلام نماز نہ کریا کر دے میرے آقا علیہ الصلوۃ والسلام کی فرمایا کر دے سن وجعلت قرۃ عینی فی الصلاۃ او لوگو نماز نو کائنات دے رب نے میری اکھاں دے ٹھنڈک بنا دیتا ہے جڑا بندہ سکون چاہندا ہے راحت چاہندا ہے چین چاہندا ہے پریشان آیا ہے کلیا سن لوے اللہ اکبر کبیرہ سن لو نا جڑا پریشان آیا ہے دکھی آیا ہے میری آواز بڑے دور تک جا رہی ہے لائیو چلدا پیا ہے پروگرام احمد ٹون دیو روشن ضمیرو جدو اللہ دے نبی علیہ الصلوۃ والسلام نو کوئی پریشانی آندی میرے آقا علیہ الصلوۃ والسلام کی فرمایا کر دے اے بلال تھوڑی جی پریشانی آئی ہے ارے نا یا بلال اٹھو نا بلال اذان کہو نا تھوڑے جی پریشانی آئی ہے تھوڑے جی اللہ دی طرفوں آزمائش آئی ہے اٹھو نا بلال اذان کہو نا بلال تسی اذان کہو اذان تو بعد اسی نماز پڑھی اللہ ساڑی پریشانی نو دور فرما دے وے اللہ اکبر کبیرہ رب العالمین نماز دی وجہ تو پریشانیاں بھی دور کردا جے او بندیاں دے گناہ بھی معاف کر دیندا ہے بندے دے گناہاں نو پاک بندے نو گناہاں تو بھی پاک صاف کر دیندا ہے او نماز پڑھن تو پہلے وضو کرنا پیندا ہے میرے آقا علیہ الصلوۃ والسلام کی فرماندے نے جڑا بندہ وضو کر لے ہاتھ دھوندا ہے اللہ ہتھاں دے گناہ معاف کر دیندا ہے چہرہ دھوندا ہے اللہ چہرے دے گناہ مٹا دیندا ہے پیر دھوندا ہے اللہ پیراں دے گناہ معاف کر دیندا ہے اللہ اکبر کبیرہ اگر اچھی طرح وضو کرے اے نہ ہوئے دکان تو آیا ہے کاروبار تو آیا ہے نیند تو بیدار ہویا ہے سوچاں درے گومے کاروبار دا حساب کردا پیا ہے دیگر معاملات اندر سوچ نو دڑاندا پیا ہے اللہ اکبر کبیرہ نہیں نہیں صحیح طرح وضو کردا ہے اللہ اکبر کبیرہ نہ وضو کر دیو کد اینو تنگ کر کدے اونو تنگ کر کدے وضو کر دیو او دے نال گپاں مار کدے او دے نال گپاں مار پتہ ہی نہیں ہے میں وضو کردا پیا ہاں وضو تو پہلے پڑھنا ہے بسم اللہ اللہ اکبر کبیرہ پتہ ہی کوئی نہیں بے احتیاطی اندر
ध्यान ही कोई नहीं उंज ही वजू कर छड़िया। अल्लाह हू अकबर कबीरा मुसलमानों नहीं अच्छी तरह वजू कर दे। वजू करन तो बाद इतने अल्फाज कह दे अशहदु अल्ला इलाहा वहदहु ला शरीका ला व अशहदु अन्न मुहम्मदन अब्दुहु व रसूलु। रब्बुल आलमीन दे पैगंबर ने ऐलान कर दिता, मेरे आका अलैहि सलातु वसलाम ने फरमा दिता ए वजू करन तो बाद एदे इन्ने जुमलियां दी वजह तो रब्बुल आलमीन एदे वास्ते जन्नत दे अठे दरवाजे खोल दिंदा जे। ओ जन्नत दे अठे दरवाजे कदों खुलदे ने? ओ जन्नत दे अठे दरवाजे कदों खुलदे ने? जदों बंदे दे गुनाह ना होण, जदों बंदा गुनाहां तो पाक होए, जदों बंदा गुनाहां तो पाक साफ होए, उदों रब्बुल आलमीन एदे वास्ते जन्नत दे दरवाजे खोलदा ए। अजे इन्ने नमाज नहीं पढ़े। अगली हदीस सुनो ना, अगली हदीस बड़ी खूबसूरत है। अगला फरमान कायनात दे इमाम दा बड़ा प्यारा है ना, सुनो ना। मेरे आका अलैहि सलातु सलाम फरमान दे जड़ा बंदा नमाज पढ़ दे, जदों नमाज पढ़न लग दे रब्बुल आलमीन ओदे गुनाहां नूं ओदे कंधियां ते रख देंदा है, ओदे सिर ते रख देंदा है। इदारा का ओ सजदा जदों रुकू कर दे अल्लाहु अकबर कबीरा, रुकू वाले कंधियां वाले गुनाह निकल जांदे, कंधियां वाले गुनाह माफ हो जांदे। इस वास्ते रुकू अंदर एतदाल रखिया कर, ए ना होए तेरे अज़ाब बराबर नहीं होए, तेरियां हड्डियां बराबर नहीं होया, तेरी अजय कमर सिद्धी नहीं हुई, तो फटाफट सजदे अंदर चला गया है। नहीं नहीं नहीं, इतना लंबा रुकू होएगा उतने ज्यादा गुनाहों की माफी मिलेगी। मेरे आका ने सलातो सलाम फरमाते ने औ रका औ सजदा, फिर बंदा सजदा कर दे जेड़े सिर ते रब्बुल आलमीन ने गुनाह रखे होंगे ने बंदे दे, रब्बुल आलमीन ओ भी माफ कर देंदे। इस वास्ते रुकू भी करे सजदा भी करे, अच्छी तरह रुकू करया कर, अच्छी तरह सजदा करया कर। उज़ैफा बिन यमान रज़ियल्लाहु तआला नु दे सामने एक बुजुर्ग नमाज अदा करदे पए ने। उज़ैफा बिन यमान रज़ियल्लाहु तआला नु ने पुछ लिया, ऐ बुजुर्गो दसो ना कितनी देर हो गई नमाज पढ़ रहे हो? बुजुर्ग कहन लगे जी 40 साल गुजर गए ने, मैं नमाजी हाँ, मैं नमाज अदा कर रहा। उज़ैफा बिन यमान रज़ियल्लाहु तआला नु कहन लगे अगर इसे तरह ही फौत हो गए तो दीन मुहम्मद ते फौत नहीं हो गए। इस वास्ते अल्लाह ने मौका दिता है लंबा रुकू करया करना, लंबा सजदा करया करना। आका अलैहि सलातु सलाम दिया तस्बीहां नूं शुमार कीता गया फर्जी नमाज अंदर, हालांकि फर्जी नमाज अंदर इतदाल होना चाहिए है, बच्चों का ख्याल रखना चाहिए है, बच्चों का ख्याल, बुजुर्गों का ख्याल, कायनात दे इमाम अलैहि सलातु सलाम इन चीज़ों का ख्याल रख के नमाज पढ़ाया कर दे। 10 मरतबा शुमार किया गया कि कायनात दे इमाम अलैहि सलातु सलाम फर्जे नमाज अंदर तस्बीह 10 मरतबा पढ़िया कर दे। अल्लाह अकबर कबीरा, लेकिन नफले नमाज अंदर आपका रुकू इतना लंबा होंदा, आपका सजदा इतना लंबा होंदा कि इंसान आराम दे नाल 3-4 सपारे पढ़ जाता, क्योंकि मुसलमानों ऐसा मौका है जिथे बंदा इस्तगफार भी कर सकता है, ज्यादा तो ज्यादा तस्बीहां पढ़ के अल्लाह को अपने गुनाहों की माफी भी ले सकता है। कायनात के इमाम अली सलातु सलाम की आखिरी जिंदगी के वाकयात ने सुनो ना मुसलमानों, जब रब्बुल आलमीन ने सूरा मुबारक नाज़िल फरमाई बिस्मिल्लाहिर रहमानिर रहीम इदा जा नस्रुल्लाह वल्फत्ह वरअयता الناس يدخلون في دين الله أفواجا فسبح بحمد ربك واستغفر إنه كان توابا। पैगाम सी सुनो, दुनिया वाली जिंदगी खत्म होने वाली है, ये दुनिया वाली जिंदगी मुकन वाली है। इस वास्ते 3 चीज़ां ते गौर करो, 3 चीज़ां ते तवज्जो फरमाओ। मेरे नबी नूं हुक्म हो रहा है, मैं अपने बुजुर्गों नूं भी कहांगा जिन्हां नूं रिमाइंडर वज गया है, जिन्हां दा रिमाइंडर की है, बाल अंदर सफेदियां आ गई है,
ਇਹ ਚੰਦ ਦੇ ਉੱਤਰ ਆਈਏ ਸਮਝ ਲਓ ਪਿਛਲਾ ਪੈਰ ਸ਼ੁਰੂ ਹੋ ਗਿਆ ਵਾਪਸ ਜਾਣ ਦਾ ਵਕਤ ਕਰੇਬ ਆ ਗਿਆ ਵਾਪਸ ਜਾਣ ਵਾਲੀਆਂ ਘੜੀਆਂ ਨੇੜੇ ਆ ਗਈਆਂ ਨੇ ਜਦੋਂ ਆਕਾ ਅਲੈਹਿ ਸਲਾਤੁ ਵਸਲਾਮ ਨੂੰ ਇਹ ਪੈਗਾਮ ਦਿੱਤਾ ਗਿਆ ਇਹ ਮੈਸੇਜ ਦਿੱਤਾ ਗਿਆ ਤਿੰਨਾਂ ਚੀਜ਼ਾਂ ਦੀ ਤਲਕੀਨ ਕੀਤੀ ਗਈ ਮੁਸਲਮਾਨੋ ਮੇਰੇ ਨਬੀ ਜ਼ਿਆਦਾ ਤੋਂ ਜ਼ਿਆਦਾ ਸੁਬਹਾਨ ਅੱਲਾ ਕਹੋ ਜ਼ਿਆਦਾ ਤੋਂ ਜ਼ਿਆਦਾ ਅਲਹਮਦੁਲਿਲਾ ਪੜ੍ਹੋ ਜ਼ਿਆਦਾ ਤੋਂ ਜ਼ਿਆਦਾ ਅਸਤਗਫਿਰੁੱਲਾ ਕਰੋ ਕੁਰਾਨੇ ਕਰੀਮ ਦੇ ਇਸ ਆਇਤ ਨੂੰ ਸਾਹਮਣੇ ਰੱਖ ਕੇ ਕਾਇਨਾਤ ਦੇ ਇਮਾਮ ਅਲੈਹਿ ਸਲਾਤੁ ਵਸਲਾਮ ਨੇ ਇੱਕ ਦੁਆ ਪੜ੍ਹਨਾ ਸ਼ੁਰੂ ਕੀਤੀ ਅੱਲਾ ਦੇ ਹੁਕਮ ਦੇ ਨਾਲ ਅੰਮਾ ਜਾਨ ਆਇਸ਼ਾ ਸਿਦੀਕਾ ਰਜ਼ੀ ਅੱਲਾਹੁ ਤਾਲਾ ਅਨਹਾ ਫਰਮਾਉਂਦੀਆਂ ਨੇ ਜਦੋਂ ਦੀ ਇਹ ਸੂਰਤ ਨਾਜ਼ਲ ਹੋਈ ਉਸ ਤੋਂ ਬਾਅਦ ਕਾਇਨਾਤ ਦੇ ਇਮਾਮ ਨੇ ਨਾ ਰਕੂ ਅੰਦਰ ਦੁਆ ਛੋੜੀ ਨਾ ਸਜਦੇ ਅੰਦਰ ਦੁਆ ਛੋੜੀ ਦੁਆ ਕੀ ਸੀ ਸੁਬਹਾਨਕ ਅੱਲਾਹੁਮਾ ਰੱਬਨਾ سبحانك اللهم ربنا وبحمدك اللهم اغفر لي ਅੱਲਾ ਪਾਕੇ ਤੂੰ ਤੇਰਾ ਕੋਈ ਸ਼ਰੀਕ ਨਹੀਂ ਇਹ ਅੱਲਾ ਤਰੀਫਾਂ ਬੇ ਤੇਰੀਆਂ ਏ ਅੱਲਾ ਮੇਰੇ ਗੁਨਾਹਾਂ ਨੂੰ ਮਾਫ ਕਰ ਦੇ ਅਸੀਂ ਵੀ ਗੁਨਾਹਾਂ ਦੀ ਮਾਫ਼ੀ ਮੰਗ ਲਈਏ ਤੇ ਮੈਂ ਇੰਝ ਕਹਿ ਦਿਆਂ ਮਾਫ਼ੀਆਂ ਦੇ ਕਲਮ ਅੱਜ ਫੇਰੇ ਅੱਲਾ ਸੋਹਣਿਆ ਗੱਲ ਇਹ ਪਸੰਦ ਤੈਨੂੰ ਠੇਰੇ ਅੱਲਾ ਸੋਹਣਿਆ ਮੇਰੀਆਂ ਖਤਾਵਾਂ ਕੀ ਟੰਨਾ ਦੇ ਮੁਕਾਬਲੇ ਚ ਸੇਰੀ ਅੱਲਾ ਸੋਹਣਿਆ ਮਾਫ਼ੀਆਂ ਦੇ ਕਲਮ ਅੱਜ ਫੇਰੀ ਅੱਲਾ ਸੋਹਣਿਆ ਨਾਲੇ ਚ ਵੀ ਕਹਿ ਦਿਓ ਉਮਰ ਦਾ ਖਿਆਲ ਕਰਦਿਆਂ ਹੋਇਆ ਚੰਗਾ ਹਾਂ ਜਾਂ ਮੰਦਾ ਹਾਂ ਅੱਲਾ ਤੇਰਾ ਬੰਦਾ ਹਾਂ ਉਹ ਪੱਕੀ ਮਾਫ਼ੀ ਮੰਗੋ ਪੱਕੀ ਮਾਫ਼ੀ ਪੱਕੀ ਸੱਚੀ ਤੌਬਾ ਕਰੋ ਪੱਕਾ ਸੱਚਾ ਇਸਤਿਗਫਾਰ ਕਰੋ ਤਿੰਨ ਚੀਜ਼ਾਂ ਹੋਣ ਤੇ ਪੱਕੀ ਸੱਚੀ ਤੌਬਾ ਤੇ ਇਸਤਿਗਫਾਰ ਹੁੰਦਾ ਕਿਹੜੀਆਂ ਕਿਹੜੀਆਂ ਤਿੰਨ ਚੀਜ਼ਾਂ ਬੰਦਾ ਆਪਣੇ ਗੁਨਾਹਾਂ ਤੇ ਸ਼ਰਮਿੰਦਾ ਹੋਵੇ ਔਰ ਐਂਦਾ ਨਾ ਕਰਨ ਦਾ ਮੁਸੰਮਮ ਇਰਾਦਾ ਵੀ ਹੋਵੇ ਅੱਲਾ ਦਾ ਖੌਫ ਵੀ ਹੋਏ ਤੇ ਫਿਰ ਬੰਦਾ ਕਵੇ ਚੰਗਾ ਗਾ ਯਾ ਮੰਦਾ ਗਾ ਅੱਲਾ ਤੇਰਾ ਬੰਦਾ ਗਾ ਚੰਗਾ ਗਾ ਯਾ ਮੰਦਾ ਗਾ ਅੱਲਾ ਤੇਰਾ ਬੰਦਾ ਗਾ ਆਂਦੇ ਆਂਦੇ ਹੋ ਗਈ ਮੇਥੋਂ ਦੇਰੇ ਅੱਲਾ ਸੋਹਣਿਆ ਮਾਫ਼ੀਆਂ ਦੇ ਕਲਮ ਅੱਜ ਫੇਰੇ ਅੱਲਾ ਸੋਹਣਿਆ ਅੰਮਾ ਜਾਨ ਆਇਸ਼ਾ ਕੀ ਫਰਮਾਦੀਆਂ ਨੇ ਹਦੇ ਸੁਣੋ ਲਿਮਾ ਤੂਬਾ ਲਿਮਾ ਵਜਦਾ ਫੀ ਸਹੀਫਤਿਹਿ ਇਸਤਿਗਫਾਰਾਂ ਕਥੇਰਾ ਉਹ ਬੰਦੇ ਵਾਸਤੇ ਖੁਸ਼ਖਬਰੀ ਹੈ ਬਸ਼ਾਰਤ ਉਸ ਬੰਦੇ ਵਾਸਤੇ ਜੰਨਤ ਦੀ ਖੁਸ਼ਖਬਰੀ ਹੈ ਜੰਨਤ ਦੀ ਬਸ਼ਾਰਤ ਹੈ ਜਿਹੜਾ ਬੰਦਾ ਆਪਣੇ ਨਾਮਾ ਮਾਲ ਕਸਰਤ ਦੇ ਨਾਲ ਇਸਤਿਗਫਾਰ ਨੂੰ ਪਾਉਂਦਾ ਹੈ ਕਸਰਤ ਦੇ ਨਾਲ ਉਲਾਮਾ ਨੇ ਇਸ ਹਦੀਸ ਤੋਂ ਮਸਲਾ ਖਸ ਕੀਤਾ ਹੈ ਬਾਦ ਤਾਬਈਨ ਦਾ ਵੀ ਕੋਲ ਹਰ ਦੋ ਸਤਰਾਂ ਤੋਂ ਬਾਅਦ ਥੱਲੇ ਲਿਖਿਆ ਹੋਏਗਾ ਅਸਤਗਫਿਰੁੱਲਾਹ ਅੱਲਾ ਮੈਨੂੰ ਮਾਫ਼ ਕਰ ਦੇ ਹਰ ਦੋ ਸਤਰਾਂ ਤੋਂ ਬਾਅਦ ਲਿਖਿਆ ਹੋਏਗਾ ਅੱਲਾ ਮੈਨੂੰ ਮਾਫ਼ ਕਰ ਦੇ ਹਰ ਦੋ ਸਤਰਾਂ ਤੋਂ ਬਾਅਦ ਲਿਖਿਆ ਹੋਏਗਾ ਅੱਲਾ ਮੈਨੂੰ ਮਾਫ਼ ਕਰ ਦੇ ਇਸ ਵਾਸਤੇ ਰਕੂ ਔਰ ਸਜਦਾ ਸ਼ਰੀਅਤ ਦੁਆਵਾਂ ਚੁਣ ਕੇ ਪੜੋ ਦੁਆਵਾਂ ਚੁਣ ਕੇ ਕਰੋ ਕਿਉਂਕਿ ਜਦੋਂ ਬੰਦਾ ਜਹਾਜ਼ ਤੇ ਬੈਠਾ ਹੋਏ ਉਦੋਂ ਅੱਲਾ ਦੇ ਕਰੀਬ ਨਹੀਂ ਹੁੰਦਾ ਪਹਾੜ ਦੀ ਚੋਟੀ ਤੇ ਹੋਏ ਉਦੋਂ ਬੰਦਾ ਅੱਲਾ ਦੇ ਕਰੀਬ ਨਹੀਂ ਹੁੰਦਾ ਮੇਰੇ ਆਕਾ ਅਲੈਹਿ ਸਲਾਤੁ ਵਸਲਾਮ ਕੀ ਫਰਮਾਉਂਦੇ ਨੇ ਅਕਰਬੁ ਮਾ ਯਕੂਨੁ ਅਲ-ਅਬਦੁ ਮਿਨ ਰੱਬਿਹਿ ਵਹੁਆ ਸਾਜਿਦ ਜਦੋਂ ਬੰਦਾ ਆਪਣਾ ਤਕੱਬਰ ਕੱਢ ਕੇ ਅਨਾ ਕੱਢ ਕੇ ਬੰਡੇ ਦੇ ਗੁੱਟਨੇ ਵੀ ਜ਼ਮੀਨ ਤੇ ਲੱਗੇ ਹਥੇਲੀਆਂ ਵੀ ਜ਼ਮੀਨ ਤੇ ਲੱਗੀਆਂ ਲੇਕਿਨ ਪਛਾਣੀ ਲੱਗੀ ਏ ਨੱਕ ਨਹੀਂ ਲੱਗਿਆ ਅੱਲਾ ਸਜਦਾ ਕਬੂਲ ਨਹੀਂ ਕਰਦਾ ਜੇ ਨੱਕ ਵੀ ਜ਼ਮੀਨ ਤੇ ਲਗਾਉਣਾ ਜ਼ਰੂਰੀ ਏ ਉਹ ਤੋਂ ਨੱਕ ਚੁੱਕੀ ਫਿਰਨਾ ਹੈ ਮੇਰਾ ਨੱਕ ਨਹੀਂ ਰਹਿੰਦਾ ਬਰਾਦਰੀ ਅੰਦਰ ਮੇਰਾ ਨੱਕ ਨਹੀਂ ਰਹਿੰਦਾ ਦਫ਼ਤਰ ਅੰਦਰ ਮੇਰਾ ਨੱਕ ਨਹੀਂ ਰਹਿੰਦਾ ਫੈਕਟਰੀ ਅੰਦਰ ਮੇਰਾ
ਨੱਕ ਨਹੀਂ ਰਹਿੰਦਾ ਰਿਸ਼ਤੇਦਾਰਾਂ ਅੰਦਰ, ਮੇਰਾ ਨੱਕ ਨਹੀਂ ਰਹਿੰਦਾ ਸੱਜਣ ਯਾਰਾਂ ਅੰਦਰ। ਉਹ ਸੁਣਨਾ, ਜਿਤਨੀ ਦੇਰ ਤੱਕ ਨੱਕ ਨੂੰ ਜ਼ਮੀਨ ਤੇ ਨਹੀਂ ਲਗਾਏਗਾ, ਜਿਤਨੀ ਦੇਰ ਤੱਕ ਨੱਕ ਨੂੰ ਜ਼ਮੀਨ ਤੇ ਨਹੀਂ ਰਗੜੇਗਾ, ਨੱਕ ਨੂੰ ਜ਼ਮੀਨ ਤੇ ਨਹੀਂ ਰੱਖੇਗਾ, ਅੱਲਾ ਤੇਰਾ ਸਜਦਾ ਹੀ ਕਬੂਲ ਨਹੀਂ ਕਰੇਗਾ। ਉਹ ਜਦੋਂ ਤੂੰ ਨੱਕ ਨੂੰ ਜ਼ਮੀਨ ਤੇ ਲਗਾ ਦੇਗਾ, ਪੇਸ਼ਾਨੀ ਨੂੰ ਝੁਕਾ ਦੇਗਾ, ਜ਼ਮੀਨ ਤੇ ਲਗਾ ਲਏਗਾ, ਘੁੱਟਣੇ ਟੇਕ ਦੇਗਾ, ਹਥੇਲੀਆਂ ਫੈਲਾ ਦੇਗਾ, ਕਾਇਨਾਤ ਦੇ ਪੈਗੰਬਰ ਨੇ ਫਰਮਾਇਆ ਉਹ ਬੰਦੇ ਉਹ ਥੇਲੀਆਂ ਫੈਲਾਉਣ ਵਾਲੇ ਅਰਸ਼ ਤੋਂ ਵੀ ਆਵਾਜ਼ ਆਉਂਦੀ ਹੈ, ਉਹ ਮੇਰੇ ਮਹਿਬੂਬ ਪੈਗੰਬਰ ਐਲਾਨ ਕਰਦੇ ਜਿਹਨੇ ਹਥੇਲੀਆਂ ਫਿਜਾਈਆਂ ਨੇ, ਹਥੇਲੀਆਂ ਵਿਛਾਈਆਂ ਨੇ, ਗੁੱਟਨੇ ਲਗਾਏ ਨੇ, ਨੱਕ ਰਗੜਦਾ ਪਿਆ, ਪੇਸ਼ਾਨੀ ਲਗਾਈ, ਇਹ ਮੇਰੇ ਸਭ ਤੋਂ ਜ਼ਿਆਦਾ ਕਰੀਬ ਹੋ ਗਿਆ, ਇਹ ਮੇਰਾ ਸਭ ਤੋਂ ਜ਼ਿਆਦਾ ਨੇੜੇ ਹੋ ਗਿਆ। ਇਸ ਵਾਸਤੇ ਜਦੋਂ ਸਜਦਾ ਕਰੇ ਕਸਰਤ ਦੇ ਨਾਲ ਇਸਤਗਫਾਰ ਕਰਿਆ ਕਰਨਾ। ਮੈਨੂੰ ਕੌਣ ਯਾਦ ਆ ਗਿਆ ਅਬੂ ਕਤਾਦਾ ਰਹਿਮਹੁਲਾ ਦਾ, ਤਵੱਜੋ ਤਵੱਜੋ ਸਾਹਮਣੇ ਸੁਣੋ ਨਾ, ਫਰਮਾਇਆ ਉਹ ਬੰਦਾ ਬੜਾ ਅਜੀਬ ਏ, ਬੜਾ ਅਜੀਬ ਬੰਦਾ। ਅਬੂ ਕਤਾਦਾ ਰਹਿਮਹੁਲਾ ਇਸ ਬੰਦੇ ਤੇ ਤਾਜੋ ਪੈ ਕਰ ਦਿੰਦੇ, ਫਰਮਾਇਆ ਜਿਹਦੇ ਕੋਲੇ ਨਜਾਤ ਦਾ ਸਾਰਾ ਸਮਾਨ ਮੌਜੂਦ ਏ, ਇਸ ਦੇ ਬਾਵਜੂਦ ਇਹ ਬੰਦਾ ਬਰਬਾਦ ਹੋ ਗਿਆ, ਇਹ ਬੰਦਾ ਹਲਾਕ ਹੋ ਗਿਆ। ਪੁੱਛਣ ਵਾਲੇ ਨੇ ਪੁੱਛਿਆ, ਨਜਾਤ ਦਾ ਸਮਾਨ ਕੀ ਏ, ਦੱਸੋ ਤੇ ਸਹੀ ਨਾ। ਅਬੂ ਕਤਾਦਾ ਰਹਿਮਹੁਲਾ ਫਰਮਾਉਂਦੇ ਨੇ, ਅਲ ਇਸਤਿਗਫਾਰ, ਅਲ ਇਸਤਿਗਫਾਰ। ਜਿਹੜੇ ਬੰਦੇ ਕੋਲ ਇਸਤਿਗਫਾਰ ਵਾਲਾ ਤੋਹਫਾ ਮੌਜੂਦ ਹੈ, ਜਿਹੜਾ ਬੰਦਾ ਕਸਰਤ ਦੇ ਨਾਲ ਇਸਤਿਗਫਾਰ ਕਰਦਾ, ਜਿਹੜਾ ਬੰਦਾ ਕਸਰਤ ਦੇ ਨਾਲ ਇਸਤਿਗਫਾਰ ਕਰਦਾ, ਰੱਬੁਲ ਆਲਮੀਨ ਉਹਦੇ ਗੁਨਾਹਾਂ ਨੂੰ ਮਾਫ਼ ਕਰ ਦਿੰਦੇ ਨੇ, ਉਹਨੂੰ ਨਜਾਤ ਅਤਾ ਕਰ ਦਿੰਦੇ ਨੇ। ਇਮਾਮ ਮੁਜਾਹਿਦ ਰਹਿਮਹੁਲਾ ਦਾ ਕੌਲ ਸੁਣੋ ਨਾ, ਮੁਸਲਮਾਨੋ ਸੁਣੋ ਸੁਣੋ ਕੀ ਆਉਂਦੇ ਨੇ, ਇਹ ਕੌਣ ਇਮਾਮ ਮੁਜਾਹਿਦ, ਮੈਂ ਥੋੜ੍ਹਾ ਜਿਹਾ ਤਾਰਫ ਵੀ ਪੇਸ਼ ਕਰ ਦਿਆਂ। ਮੁਫਸਰੇ ਕੁਰਾਨ, ਕਾਰੀਏ ਕੁਰਾਨ, ਜਿਨ੍ਹਾਂ ਦਾ ਅਹਿਲ ਬੈਤ ਦੇ ਨਾਲ ਤਨ ਲਗੇ, ਸੈਯਦਨਾ ਅਬਦੁੱਲਾ ਬਿਨ ਅਬਾਸ ਰਜ਼ੀ ਅੱਲਾਹੁ ਤਾਲਾ ਨੂੰ ਉਹਦੇ ਸ਼ਗਿਰਦੇ ਰਸ਼ੀਦ ਨੇ ਸਾਹਮਣੇ ਬਹਿ ਕੇ ਇਲਮ ਹਾਸਲ ਕੀਤਾ, ਸਾਹਮਣੇ ਬਹਿ ਕੇ ਕੁਰਾਨ ਸੁਨਤ ਦੇ ਮੋਤੇ ਚੁੜੇ। ਮੁਸਲਮਾਨੋ ਇਹ ਖੁਦ ਵੀ ਮੁਹੱਦਸ ਨੇ, ਇਹ ਖੁਦ ਵੀ ਮੁਫਸਰ ਨੇ, ਆਂਦੇ ਕੀ ਨੇ, ਆਇਨਾ ਅੰਤੁਮ, ਆਇਨਾ ਅੰਤੁਮ, ਉਹ ਤੁਹਾਨੂੰ ਕੀ ਹੋ ਗਿਆ ਏ, ਤੁਸੀਂ ਕਿੱਧਰ ਚਲੇ ਗਏ ਹੋ, ਮਿਨਲ ਮਮਹਾਤ, ਤੁਸੀਂ ਮਮਹਾਤ ਨੂੰ ਇਸਤੇਮਾਲ ਕਿਉਂ ਨਹੀਂ ਕਰਦੇ। ਉਹ ਮਮਹਾਤ ਕੀ ਏ, ਅਰਬੀ ਜਾਣਨ ਵਾਲੇ ਦੋਸਤ ਜਾਣਦੇ ਨੇ, ਰੱਬੜ ਮੁਸਲਮਾਨੋ ਰਬੜ। ਜਦੋਂ ਬੱਚੇ ਕੋਲੋਂ ਗਲਤੀ ਹੋ ਜਾਏ, ਸਬਕ ਗਲਤ ਲਿਖਿਆ ਜਾਏ, ਲਾਈਨ ਗਲਤ ਲਿਖੀ ਜਾਏ, ਬੱਚਾ ਮਿਟਾਉਂਦਾ ਏ ਫਿਰ ਸਹੀ ਕਰਦਾ, ਫਿਰ ਮਿਟਾਉਂਦਾ ਏ ਫਿਰ ਸਹੀ ਕਰਦਾ, ਉਹ ਗੁਨਾਹ ਹੋ ਗਿਆ, ਗਲਤੀ ਹੋ ਗਈ ਏ, ਗੁਨਾਹਾਂ ਨੂੰ ਇਸਤਿਗਫਾਰ ਦੇ ਨਾਲ ਖੁਰਚ ਦੇਣਾ, ਮਿਟਾ ਦੇਣਾ, ਗੁਨਾਹਾਂ ਨੂੰ ਦੂਰ ਕਰ ਦੇਣਾ, ਸਕੂਨ ਦੇ ਨਾਲ ਬੈਠਣਾ, ਸਜਦਾ ਤੈਨ ਤੋਂ ਬਾਅਦ ਜਲਸਾ ਇਸਰਾਤ ਆਰਾਮ ਨਾਲ ਕਰਨਾ, ਆਰਾਮ ਨਾਲ ਲੰਬੇ ਲੰਬੇ ਰਕੂ ਕਰਨਾ, ਲੰਬੇ ਲੰਬੇ ਸਜਦੇ ਕਰਨਾ, ਜ਼ਿਆਦਾ ਤੋਂ ਜ਼ਿਆਦਾ ਇਸਤਿਗਫਾਰ ਕਰਨਾ, ਜ਼ਿਆਦਾ ਤੋਂ ਜ਼ਿਆਦਾ ਆਪਣੇ ਗੁਨਾਹਾਂ ਦੇ ਰੱਬੁਲ ਆਲਮੀਨ ਕੋਲੋਂ ਮਾਫ਼ੀ ਮੰਗਦਾ। ਉਹ ਮੈਂ ਤੈਨੂੰ ਇੱਕ ਹੋਰ ਵੀ ਹਦੀਸ ਸੁਣਾ ਦਿਆਂ, ਸੁਣਨਾ ਹਦੀਸ ਸਹੀਹ ਬੁਖਾਰੀ ਅੰਦਰ। ਇੱਕ ਸਹਾਬੀ ਰਸੂਲ ਨਮਾਜ਼ ਪੜ੍ਹਨ ਵਾਲਾ ਅਹਿਮਦ ਟੋਂ ਦਾ ਰਹਿਸ਼ੀ ਨਹੀਂ ਸੀ, ਐਮ ਟੋਨ ਦਾ ਬਾਸੀ ਨਹੀਂ ਸੀ, ਪਾਕਿਸਤਾਨੀ ਨਹੀਂ ਸੀ, ਲਾਹੌਰ ਦਾ ਰਹਿਣ ਵਾਲਾ ਨਹੀਂ ਸੀ, ਉਹ ਨਮਾਜ਼ ਪੜ੍ਹਨ ਵਾਲਾ ਮਦੀਨੇ ਦਾ ਵਾਸੀ ਸੀ, ਮਦੀਨੇ ਦਾ ਰਹਿਣ ਵਾਲਾ ਸੀ। ਅੱਲਾਹੁ ਅਕਬਰ ਕਬੀਰਾ, ਉਹ ਸਜਦੇ ਕਿਆ ਬਾਤ, ਮਦੀਨੇ ਦੇ ਖੁਸ਼ਬੂਆਂ ਵਿੱਚੋਂ ਖੁਸ਼ਬੂ ਵਕਰੇ, ਮੇਰੇ ਨਬੀ ਦੇ ਪਸੀਨੇ ਦੇ ਉਹ ਸਜਦੇ ਪੈਦਾ ਸੇ, ਮਦੀਨੇ ਦੀ ਬਾਤ ਆ ਰਹੀ ਹੈ, ਰਹਿਣ ਵਾਲਾ ਮਦੀਨੇ ਦਾ ਆਮ ਇਨਸਾਨ ਨਹੀਂ ਹੈ, ਸਹਾਬੀ ਰਸੂਲ ਹੈ। ਕਿਆ ਬਾਤ ਮਦੀਨੇ ਦੇ ਉਹ ਖੁਸ਼ਬੂਆਂ ਵਿੱਚੋਂ ਖੁਸ਼ਬੂ ਵਕਰੇ, ਮੇਰੇ ਨਬੀ ਦੇ ਪਸੀਨੇ ਦੇ ਉਹ
سجدے پیدا سے امت میری نو بخش اللہ رو رو کہندا سے تیرے من لے رب آ کے امت تیری ہوے گی جنت چہر پاس اے مدینے دے رہن والا مسجد اقصا نہیں ہے مٹون والی جتھے نماز پڑھدا پیا اے اے مسجد نبوی اے جتھے کائنات دا امام امامت کرواندا اے اللہ اکبر کبیرا جتھے ایک نماز پڑھیے ہزار تو بہتا ثواب ملدا اے اے عام مسجد نہیں ہے اس مسجد دے نماز ابو بکر صدیق نے عمر فاروق نے عثمان نے علی حیدر قرار نے حسن و حسین اس مسجد اندر آیا بھی کر دے کھیڑیا بھی کر دے اے او مسجد جتھے حسن و حسین آئے میرے نبی خطبہ دیندے پے اسی منبر چھوڑ کے حسن و حسین اٹھا لیا اے عام جگہ نہیں ہے عام مسجد نہیں ہے اے او مسجد ہے مسلمانوں جدے اندر شریعت اندر جدے وہ طرف سفر کرنا اے او مسجد ہے جدے طرف سفر کرنا شریعت اندر جائے دے تینی مسجدہ نینا مسجد حرام مسجد نبوی مسجد اقصا مسلمانوں اے او دوسری مسجد ہے جدے طرف سفر کرنا جائے دینا اللہ اکبر کبیرہ مسلمانوں صحابی نماز پڑھدا پی آئی ایک واری نماز پڑھ گیا میرے نبی نے فرمایا نماز نہیں پڑھے دوسری واری پڑھ گیا میرے نبی نے فرمایا نماز نہیں پڑھے تیسری واری پڑھ گیا میرے آقا کی فرما دینے ارجی فصلی فإنک لم تصلی او نماز پڑھن والیا جا واپس چلا جا تو نماز پڑھی کوئی نہیں تو نماز پڑھ کے نہیں آیا او دسو نا احمد ٹون دیو بازی او نماز پڑھی سی یا نہیں پڑھے سے او ایک واری بھی نہیں دو واری بھی نہیں تین واری صحابی نے نماز نہیں پڑھے سے نماز اندر غلطیاں بھی زیادہ کوئی نہیں سن ایک کی غلطی سی نماز اندر ایک غلطی سی صرف زیادہ غلطیاں نہیں سی نماز اندر صرف ایک غلطی سی او کیڑی غلطی سی اعتدال کوئی نہیں سی رکو جاندہ سے اچھی طرح رکو کردہ نہیں سے اٹھدہ سی نہ قومے دی حالت اندر سی طرح کھڑا ہندہ نہیں سجدہ کردہ سے اللہ اکبر کبیرہ تسی بخاری دی حدیث پڑھ کے ویکھ لو تانو سمجھ آ جائے گے غلطی کیے اس واسطے دوبارہ پھر دے سن لو پھر آقا علیہ الصلوۃ والسلام فرماندے نے جدو نماز بندہ نماز پڑھ دے جدو نمازی بندہ نماز ادا کر دے رب العالمین اودے گناواں نوں کندیاں تے رکھ دیندا ہے رب العالمین اودے گناواں نوں سر تے رکھ دیندا ہے جدو رکوع کردا ہے اعتدال دے نال اللہ کندیاں والے گناہ مٹا دیندا ہے گناہ گرا دیندا ہے جدو سجدہ کردا ہے سر والے گناہ معاف کر دیندے دے تے سن لو نا او لوگ کون خوش نصیب نے جنہ دیاں نیکیاں دا اللہ اجر بھی عطا فرمائے گا شاباش بھی دے گا دیاں نیکیاں مقبول بھی فرمائے گا محفوظ بھی فرمائے گا رب العالمین انہاں دیاں نیکیاں دی حفاظت بھی فرمائے گا ایک کرے گا دس سات سو سات سو دو بھی بڑھا دے گا رب العالمین انہاں دیاں نیکیاں نو پالے پوسے گا تربیت کرے گا والذین یمسکون بالکتاب واقاموا الصلاۃ انا لا نضیع اجر المصلحین او لوگ جنہاں نے قرآن و سنت نو اپنے عمل دا اپنے عقیدے دا اپنی زندگی دا محور بنا لیا قرآن و سنت نو ترجیح دیتے اس فطرت سلیمہ تے قائم رہے پکے نمازی بن گئے ایسے لوگ نے جنہ دے اجر نو اللہ ضائع نہیں کرے گا آخری آخری بات سنا دیا تے کائنات امام دی وصیت نو بھی سامنے رکھو الصلاۃ الصلاۃ وما ملکت ایمانکم نماز او فریضہ ہے جنہوں اللہ نے فرض کرنے واسطے کائنات دے امام نو عرش تے بلایا فلکا تے بلایا سی کہ نہیں عرش تے نہیں فلکا تے کتے بلایا تے پھر ایدہ طریقہ سمجھان واسطے کلیریفکیشن کرنے واسطے جبریل بار بار دنیا تے آندے رہے اللہ کو دعا ہے اللہ رب العزت سانو دین دا فہم نصیب فرمائے جو میں بیان کیتا کما حق اللہ عمل پیرا ہون دی توفیق عطا فرمائے اقول قولی هذا استغفر اللہ لی ولکم ولسائر المسلمین من کل ذنب فاستغفروه انہو والغفور الرحیم